ਮਿਸਿਸ ਅਗਰਵ ਜਾਈ ਦੀ ਰੇਡ ਦੀ ਖੱਡੀ ਮੰਨੇ ਜਾਂਦੇ ਮਾਈਵੇ ਟ੍ਰਾਂਸਪੋਰਟ ਸਿਸਟਮ ਦੇ ਬੱਸ ਡਰਾਈਵਰਸ ਅਤੇ ਮੇਨਟੇਨੈਂਸ ਕਰਨ ਵਾਲੇ ਕਰਮਚਾਰੀ ਅੱਜ ਸਵੇਰੇ ਸਿਟੀ ਹਾਲ ਬਾਹਰ ਇਕੱਠੇ ਹੋਏ ਤਾਂ ਕਿ ਇੱਕ ਨਵੇਂ ਸਮੂਹਿਕ ਕੌਂਟਰੈਕਟ ਲਈ ਮਾਈਵੇ ਦੇ ਅਧਿਕਾਰੀਆਂ ਅੱਗੇ ਆਪਣੀ ਗੱਲ ਮਜ਼ਬੂਤੀ ਨਾਲ ਰੱਖ ਸਕਣ ਉਹ ਵਾਜਿਬ ਕੌਂਟਰੈਕਟ ਨਾ ਮਿਲਣ ਕਰਕੇ ਨਿਰਾਸ਼ ਹਨ ਟਵੀਟਡ ਦਰਜਨਾ ਮਾਈਵੇ ਵਰਕਰਸ ਨੇ ਮਿਸਿਸ ਆਗਾ ਸਿਵਿਕ ਸੈਂਟਰ ਦੇ ਬਾਹਰ ਜਾਣਕਾਰੀ ਟਰਨਾ ਲਗਾਇਆ ਅਤੇ ਫਿਰ ਕਾਉਂਸਲ ਦੇ ਚੈਂਬਰਸ ਵਿੱਚ ਚਲੇ ਗਏ ਜਿੱਥੇ ਨਵੀਂ ਮੇਅਰ ਕੈਰੋਲਨ ਪੈਰਿਸ਼ ਸਿਟੀ ਕਾਉਂਸਲ ਦੀ ਆਪਣੀ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ ਇਹਨਾਂ ਵਰਕਰਸ ਦੀ ਨੁਮਾਇੰਦਗੀ ਅਮੈਲਗਮੇਟਿਡ ਟਰਾਂਜ਼ਿਟ ਯੂਨੀਅਨ ਏਟੀਯੂ ਲੋਕਲ 1572 ਦੁਆਰਾ ਕੀਤੀ ਜਾਂਦੀ ਹੈ ਅਸੀਂ ਇੱਕ ਵਾਰੀ ਫਿਰ ਬੇਨਤੀ ਕਰਦੇ ਹਾਂ ਪੈਂਡੈਮਿਕ ਦੇ ਵਿੱਚ ਜਿਹੜੇ ਫਰੰਟਲਾਈਨ ਵਰਕਰ ਸੀਗੇ ਖਾਸ ਤੌਰ ਤੇ ਬੱਸਾਂ ਵਾਲੇ ਜਾਂ ਟਰੱਕਾਂ ਵਾਲੇ ਮੈਂ ਬੱਸਾਂ ਵਾਲੇ ਦੀ ਗੱਲ ਕਰਦਾ ਬੜੇ ਹੀ ਤੰਗ ਦੇ ਨਾਲ ਉਹਨਾਂ ਨੇ ਕੰਮ ਕੀਤਾ ਔਰ ਜਦੋਂ ਪੈਂਡੈਮਿਕ ਸਾਲ ਸੀ ਤੇ ਹਰ ਬੰਦਾ ਘਰੇ ਬੈਠਾ ਸੀ ਖਾਸ ਕਰਕੇ ਜਿਹੜੀਆਂ ਟ੍ਰਾਂਜ਼ਿਟ ਦੀਆਂ ਬੱਸਾਂ ਸੀਗੀਆਂ ਉਹ ਸੜਕ ਦੇ ਉੱਤੇ ਆਮ ਲੋਕਾਂ ਦੀ ਸਹੂਲਤ ਵਾਸਤੇ ਚੱਲ ਰਹੀਆਂ ਸੀ ਅੱਜ ਸਾਡੇ ਕੰਟਰੈਕਟ ਨਿਊ ਦੀ ਗੱਲ ਆਈ ਆ ਨਵੇਂ ਮੇਅਰ ਜਿਹੜੇ ਆ ਉਹ ਪਹੁੰਚੇ ਆ ਲੇਕਿਨ ਸਾਡੀ ਜਿਹੜੀ ਗੱਲ ਨਹੀਂ ਸੁਣੀ ਜਾ ਰਹੀ ਇਸ ਕਰਕੇ ਅਸੀਂ ਸਿਟੀ ਹਾਲ ਦੇ ਵਿੱਚ ਆਏ ਆ ਅਸੀਂ ਬੇਨਤੀ ਕਰਦੇ ਆ ਜੰਨੇ ਸਾਡੇ ਕਾਉਂਸਲਰ ਆ ਖਾਸ ਕਰਕੇ ਮੇਅਰ ਸਾਡਾ ਜਿਹੜਾ ਕੰਟਰੈਕਟ ਆ ਉਹਦੇ ਉੱਤੇ ਵਿਚਾਰ ਕੀਤਾ ਜਾਵੇ ਔਰ ਸਾਨੂੰ ਜਿਹੜੀਆਂ ਸਹੂਲਤਾਂ ਚਾਹੀਦੀਆਂ ਉਹ ਮਿਲਣ ਮਿਸ ਸਾਗਾ ਟ੍ਰਾਂਜ਼ਿਟ ਪਿਦਾਤਾ ਮਾਈ ਵੇ ਨਾਲ ਗੱਲਬਾਤ ਦੀ ਹੌਲੀ ਰਫ਼ਤਾਰ ਤੋਂ ਨਾਖੁਸ਼ ਵਰਕਰਜ਼ ਹਾਜ਼ਰੀਨ ਵਾਂਗ ਕਾਉਂਸਲ ਚੈਂਬਰਸ ਵਿੱਚ ਬੈਠੇ ਸਨ ਅਤੇ ਕਾਉਂਸਲ ਦੁਆਰਾ ਸੰਚਾਲਿਤ ਕੀਤੇ ਜਾ ਰਹੇ ਕੰਮ ਵਿੱਚ ਕੋਈ ਵਿਗੜ ਨਹੀਂ ਪਾਇਆ ਇਸ ਮਹੀਨੇ ਦੇ ਸ਼ੁਰੂ ਵਿੱਚ ਕੁੱਲ 88% ਕਾਮਿਆਂ ਜਿਨ੍ਹਾਂ ਵਿੱਚ ਟ੍ਰਾਂਜ਼ਿਟ ਆਪਰੇਟਰਸ ਅਤੇ ਮੇਂਟੇਨੈਂਸ ਕਾਮੇ ਸ਼ਾਮਿਲ ਹਨ ਨੇ ਸ਼ਹਿਰ ਦੇ ਨਵੀਂ ਡੀਲ ਦੀ ਪੇਸ਼ਕਸ਼ ਦੇ ਵਿਰੋਧ ਵਿੱਚ ਵੋਟ ਪਾਈ ਸੀ We spent four years on the line toiling. We weren't given the respect. Our health and safety is uh, at the worst levels we've ever seen. The violence and aggression against transit operators is the worst we've ever seen, and it's time for a change. And we're waiting for a fair and reasonable contract that moves the needles on so many items, including our our hours of work issues and our work life balance issues. ATU local de Jack Jackson no deal O oh, members de naal. ਅਗਲਾ ਕਦਮ ਚੁੱਕ ਸਕਦੇ ਹਨ ਜ਼ਿਕਰਯੋਗ ਹੈ ਕਿ ਮਾਈ ਵੇਟ ਟ੍ਰਾਂਜ਼ਿਟ ਤੇ 1200 ਵਰਕਰਸ ਜਨਵਰੀ 2024 ਤੋਂ ਕੰਟਰੈਕਟ ਤੋਂ ਬਿਨਾ ਹਨ ਅਤੇ ਕੰਟਰੈਕਟ ਗੱਲਬਾਤ ਧੀਮੀ ਗਤੀ ਨਾਲ ਚੱਲਣ ਕਰਕੇ ਉਹ ਨਿਰਾਸ਼ ਹਨ ਉਹਨਾਂ ਦੀ ਮੰਗ ਮਹਿੰਗਾਈ ਦੇ ਅਨੁਪਾਤ ਵਿੱਚ ਬਿਹਤਰ ਤਨਖਾਹ ਬਿਹਤਰ ਕੰਮ ਕਰਨ ਦੀਆਂ ਸੁਵਿਧਾਵਾਂ ਜਿਨ੍ਹਾਂ ਵਿੱਚ ਸਿਕ ਡੇਜ਼ ਅਤੇ ਵਕੇਸ਼ਨ ਡੇਜ਼ ਨੂੰ ਵਧਾਉਣ ਦੀ ਅਰਜ਼ੀ ਦੇ ਨਾਲ ਹੋਰ ਮੰਗਾਂ ਵੀ ਸ਼ਾਮਲ ਨੇ ਪਿਛਲੇ ਮਹੀਨੇ ਮਿਸਿਸ ਆਗਾ ਸਿਟੀ ਕਾਉਂਸਲ ਨੇ 44 ਨਵੇਂ ਮਾਈਵੇ ਡਰਾਈਵਰਸ ਅਤੇ 11 ਬੱਸ ਮੈਕੈਨਿਕਸ ਨੂੰ ਨਿਯੁਕਤ ਕਰਨ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਤਾਂਕਿ ਸ਼ਹਿਰ ਦੇ ਵਿਅਸਤ ਰੂਟਸ ਤੇ ਸੇਵਾਵਾਂ ਵਧਾਈਆਂ ਜਾ ਸਕਣ 2023 ਦੇ ਅਖੀਰ ਤੱਕ ਮਾਈਵੇ ਰਾਈਡਰਸ਼ਿਪ ਮਹਾਂਮਾਰੀ ਤੋਂ ਪਹਿਲਾਂ ਵਾਲੇ ਪੱਧਰ ਤੋਂ ਵੀ ਜ਼ਿਆਦਾ ਵਧ ਗਈ ਸੀ ਟ੍ਰਾਂਜ਼ਿਟ ਅਧਿਕਾਰੀਆਂ ਮੁਤਾਬਕ ਵਾਧੀ ਮੰਗ ਨੂੰ ਪੂਰਾ ਕਰਨ ਲਈ ਸਰਵਿਸਿਜ਼ ਵਿੱਚ ਅਪਗ੍ਰੇਡਸ ਦੀ ਲੋੜ ਹੈ ਅਤੇ ਮਾਈਵੇ ਕਰਮਚਾਰੀ ਉਹਨਾਂ ਸੇਵਾਵਾਂ ਦੀ ਐਵਜ਼ ਵਿੱਚ ਬਿਹਤਰ ਵੇਤਨ ਚਾਹੁੰਦੇ ਨੇ ट्रांजिट दिया दंगा नवे मिसेसागा मेयर कैरोलिन पेरिश के रुख अपना दो जुलाई तक पता चलेगा राधिका शर्मा आमनी न्यूज